ਨੋਟ ਨੈਸਰਲੀ ਕਿ ਇਹ ਫਿਲਮਾਂ ਪੰਜਾਬੀ 'ਚ ਵੀ ਬਣੇ, ਬਲਕਿ ਜਿਹੜੀ ਜਨਰੇਸ਼ਨ ਇੰਡੀਆ ਤੋਂ ਬਾਹਰ ਵੀ ਰਹਿ ਰਹੀ ਹੈ, ਜਿਹੜੀ ਉਸ ਕੰਟਰੀ ਦੀ ਲੈਂਗੁਏਜ ਨੂੰ ਸਮਝਦੀ ਹੈ, ਉਸ ਲੈਂਗੁਏਜ ਦੇ ਵਿੱਚ ਵੀ ਜਿਹੜਾ ਸਿੱਖੀ ਦਾ ਕੰਮ ਹੋ ਰਿਹਾ, ਉਹਨੂੰ ਵੀ ਅੱਗੇ ਲਾਉਣ ਦਾ ਕੰਮ ਅਸੀਂ ਕਰ ਰਹੇ ਹਾਂ। ਵੀ ਹੈਵ ਡਨ ਫਿਲਮਸ ਇਨ ਫਰਾਂਸ, ਵੀ ਹੈਵ ਡਨ ਫਿਲਮਸ ਇਨ ਆਸਟ੍ਰੇਲੀਆ, ਜਰਮਨੀ, ਇਟਲੀ, ਇਨ ਦੇਅਰ ਲੈਂਗੁਏਜਿਸ, ਪੇਰੂ। ਸੋ ਪੇਰੂ ਦੀ ਤਾਂ ਫਿਲਮ ਚੱਲ ਰਹੀ ਹੈ, ਇਟਸ ਇਨ ਸਪੈਨਿਸ਼, ਯਾ। ਸੋ ਦ ਫਿਲਮ ਇਜ਼ ਇਨ ਸਪੈਨਿਸ਼। ਸੋ ਹੁਣ ਉੱਥੇ ਕਲਚਰ ਕਿਵੇਂ ਥਰਾਈਵ ਕਰ ਰਹੇ ਹੈ, ਕਿਸ ਲੈਂਗੁਏਜਿਸ 'ਚ, ਉਹਨਾਂ ਦੀ ਜਨਰੇਸ਼ਨਲ ਸਟੋਰੀਜ਼ ਕੀ ਹੈਗੀਆਂ ਨੇ, ਉਹ ਸਾਰੀ ਜਗ੍ਹਾ ਅਸੀਂ ਜਦੋਂ ਗਰੋ ਕਰਦੇ ਨੇ। ਵੀ ਹੈਵ ਐਂਟਰਡ ਇਨ ਟੂ ਐਫਰੀਕਾ, ਵੀ ਹੈਵ ਐਂਟਰਡ ਯੁਗਾਂਡਾ, ਵੀ ਹੈਵ ਐਂਟਰਡ ਕੀਨੀਆ। ਸੋ ਜਿਹੜੇ ਵੀ ਲੋਕ ਇੰਨੇ ਸਾਲ ਪਹਿਲੇ ਬਾਹਰ ਗਏ ਸੀਗੇ, ਕੋਮਾਗਾਟੋ ਮਾਰੂ, ਅਸੀਂ ਲਾਸਟ ਈਅਰ ਪਾਇਨੀਅਰ ਸਿਕਸ ਇਨ ਕੈਨੇਡਾ ਦਾ ਸਾਡਾ ਕੈਲੰਡਰ ਸੀਗਾ, ਅਸੀਂ ਉਹ ਜਰਨੀ ਹਿਡਨ ਹਿਸਟਰੀਜ਼ ਦੇ ਉੱਤੇ ਵੀ ਅਸੀਂ ਫਿਲਮ ਬਣਾਈ ਕਿ ਜਿਹੜੇ ਫਸਟ ਜਨਰੇਸ਼ਨ ਮਾਈਗ੍ਰੈਂਟ ਸੀਗੇ ਉਹਨਾਂ ਦੀ ਚੈਲੇਂਜਸ ਕੀ ਸੀਗੇ, ਲੈਂਗੁਏਜ ਚੈਲੇਂਜਸ, ਰੇਸ਼ੀਅਲ ਚੈਲੇਂਜਸ, ਉਹਨਾਂ ਨੂੰ ਐਡਰੈਸ ਕਰਕੇ ਇੱਕ ਜਨਰੇਸ਼ਨ ਜਦੋਂ ਆਉਂਦੀ ਹੈ ਅਤੇ ਇੱਕ ਮੁਲਕ 150-200 ਸਾਲ ਬਾਅਦ ਤਰੱਕੀ ਕਰਦਾ ਹੈ ਤਾਂ ਉਹਦੇ ਪਿੱਛੇ ਕੀ ਜਰਨੀ ਸੀਗੀ, ਅਸੀਂ ਉਹ ਜਰਨੀ ਨੂੰ ਕਿਵੇਂ ਰੀਸਟੋਰ ਕਰਾਂਗੇ। ਬਹੁਤ ਸਾਰਾ ਕੰਮ ਨੈਚੁਰਲੀ ਡਾਕੂਮੈਂਟਰੀ ਪ੍ਰੋਡਕਸ਼ਨਸ ਦੇ ਥਰੂ ਹੀ ਅਚੀਵ ਹੁੰਦਾ ਹੈ, ਬਹੁਤ ਸਾਰਾ ਕੰਮ ਮੀਡੀਆ ਦਾ ਰੋਲ ਪਲੇ ਹੁੰਦਾ ਹੈ। ਵੈਸਟਰਨ ਮੀਡੀਆ ਦੇ ਅੰਦਰ ਬਹੁਤ ਸਾਰੇ ਲੋਕ ਹਜੇ ਸਿੱਖ ਆਈਡੈਂਟੀ ਨੂੰ ਕਰੈਕਟਲੀ ਐਕੂਰੇਟਲੀ ਰੈਪ੍ਰਜੈਂਟ ਨਹੀਂ ਕਰ ਰਹੇ, ਤਾਂ ਉਹ ਚੀਜ਼ਾਂ ਨੂੰ ਐਡਰੈਸ ਕਰਨ ਲਈ ਜਦੋਂ ਅਸੀਂ ਪੰਜਾਬੀ ਸਕੂਲਸ ਦੇ ਵਿੱਚ ਜਾਂਦੇ ਨੇ, ਵੈਸਟਰਨ ਸਕੂਲ, ਉੱਥੇ ਪ੍ਰਾਇਮਰੀ ਐਜੂਕੇਸ਼ਨ ਇਜ਼ ਇਨ ਇੰਗਲਿਸ਼ ਲੈਂਗੁਏਜ, ਤਾਂ ਜਿਹੜੇ ਵੀ ਲੋਕ ਉੱਥੇ ਇੰਡੀਅਨ ਹਾਊਸਹੋਲਡਸ ਜਾਂ ਜਿਹੜੇ ਵੀ ਪੰਜਾਬੀ ਘਰਾਂ ਦੇ ਵਿੱਚ ਆਉਂਦੇ ਨੇ, ਉਹ ਚਾਹੁੰਦੇ ਨੇ ਉਹਨਾਂ ਦੇ ਬੱਚੇ ਗੁਰਮਤ ਸਕੂਲ ਜਾ ਕੇ ਪੰਜਾਬੀ ਨੂੰ ਸਿੱਖਣ, ਉਸ ਕਮਿਊਨਿਟੀ ਦੇ ਵਿੱਚ ਲੈਂਗੁਏਜ ਅਤੇ ਕਲਚਰ ਨੂੰ ਅਡੋਪਟ ਕਰਨ, ਕਿਉਂਕਿ ਮੇਨ ਬਾਕੀ ਸਕੂਲਾਂ ਦੇ ਵਿੱਚ ਚੈਲੇਂਜਸ ਵੱਖਰੇ ਨੇ। ਦੇ ਆਰ ਇਨ ਅ ਵੈਰੀ ਕੋਸਮੋ, ਇਨ ਅ ਵੈਰੀ ਇੰਟਰਨੈਸ਼ਨਲ ਇਨਵਾਇਰਮੈਂਟ, ਜਿੱਥੇ ਉਹਨਾਂ ਦੇ ਨਾਲ ਕੋਰੀਅਨਸ ਵੀ ਪੜ੍ਹ ਰਹੇ ਨੇ, ਚਾਈਨੀਜ਼ ਵੀ ਪੜ੍ਹ ਰਹੇ ਨੇ, ਅਤੇ ਉਹਨਾਂ ਦੇ ਵਿੱਚ ਕਲਚਰਲ ਕੋਈ ਅਡੋਪਸ਼ਨ ਦੂਜੇ ਪਾਸੇ ਨਾ ਬਹੁਤ ਜ਼ਿਆਦਾ ਸਵਿੰਗ ਕਰੇ। ਇਹ ਕੰਸਰਨ ਇੱਕ ਹਰ ਕੰਟਰੀ ਦੇ ਇੱਕ ਅਲੱਗ ਅਲੱਗ ਚੈਲੇਂਜਸ ਨੇ ਸਰ, ਇਹ ਸਾਰੇ ਚੈਲੇਂਜਸ ਅਸੀਂ ਵੱਖਰੀ ਵੱਖਰੀ ਕੰਟਰੀਜ਼ ਦੇ ਵਿੱਚ ਵੱਖਰੇ ਵੱਖਰੇ ਤਰੀਕੇ ਦੇ ਨਾਲ ਸੋਲਵ ਕਰ ਰਹੇ ਨੇ। ਫਰਾਂਸ ਦੇ ਉੱਤੇ ਅਸੀਂ ਬਹੁਤ ਵਧੀਆ ਫਿਲਮ ਲੈ ਕੇ ਆਏ ਸੀਗੇ, ਜਿੱਥੇ ਐਨੀਬਡੀ ਹੂ ਨੀਡਿਡ ਅ ਫਰੈਂਚ ਪਾਸਪੋਰਟ ਹੈਡ ਟੂ ਰਿਮੂਵ ਦੇਅਰ ਟਰਬਨ ਟੂ ਗੈਟ ਦ ਫੋਟੋਗ੍ਰਾਫ ਕਲਿੱਕ, ਐਂਡ ਦੈਟ ਵਾਸ ਵੈਰੀ ਹਿਊਮੀਲੀਏਟਿੰਗ, ਇਟ ਵਾਸ ਵਾਇਲੇਸ਼ਨ ਆਫ ਹਿਊਮਨ ਰਾਈਟਸ। ਸੋ ਵੀ ਬਰੋਟ ਦੈਟ ਸਟੋਰੀ ਟੂ ਇਨਫੋਰਮ ਵਾਈ ਐਂਡ ਹਾਊ ਦੈਟ ਚੈਲੇਂਜ ਵਾਸ ਟੈਕਲਡ। ਸੋ ਕੁਡੋਸ ਟੂ ਸਿਖਲੈਂਸ ਪ੍ਰੋਗਰਾਮਸ, ਡੈਸਟੀਨੇਸ਼ਨ ਐਸ, ਕਮਿਊਨਿਟੀ ਵੋਇਸਿਸ, ਪ੍ਰੋਜੈਕਟ ਐਸ ਪ੍ਰੋਗਰਾਮਸ। ਅਸੀਂ ਇਨਕਰੇਜ ਕਰਦੇ ਹਾਂ ਕਿ ਜੇ ਤੁਹਾਨੂੰ ਵੀ ਕੋਈ ਲੱਭੇ ਕਿ ਜਿਹੜਾ ਕੋਈ ਸਿੱਖ ਲੈਂਸ ਪ੍ਰੋਗਰਾਮ ਨਾਲ ਜੁੜੇ, ਵੀ ਆਰ ਨੋਟ ਓਨਲੀ ਡੂਇੰਗ ਇਟ ਥਰੂ ਫਿਲਮਸ, ਸੀ ਵੀ ਹੈਵ ਬੁੱਕਸ ਕਮਿੰਗ ਅਪ, ਵੀ ਇਨਵਾਈਟ ਔਥਰਸ, ਵੀ ਇਨਵਾਈਟ ਆਲ ਪੀਪਲ। ਹੁੰਦਾ ਕੀ ਹੈ, ਪਹਿਲੇ ਫਿਲਮ ਬਣਦੀ ਹੈ, ਫਿਰ ਉਹਦੀ ਸੈਂਸਰਸ਼ਿਪ ਹੁੰਦੀ ਹੈ, ਅਤੇ ਜੇ ਲੋਕ ਅਵੇਅਰ ਹੀ ਨਹੀਂ ਹੈ ਤਾਂ ਉਹ ਗਲਤ ਫਿਲਮਾਂ ਬਣਾਉਂਦੇ ਨੇ। ਫਿਰ ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਕੋਈ ਕੁਐਸਚਨ ਆ ਜਾਂਦਾ ਹੈ ਕਿ ਇਹ ਚੀਜ਼ ਦੇ ਵਿੱਚ ਇਹਨੂੰ ਚੀਜ਼ ਨੂੰ ਪ੍ਰੋਪਰਲੀ ਦਿਖਾਇਆ ਨਹੀਂ ਗਿਆ, ਕਿਉਂਕਿ ਅਸੀਂ ਉਹ ਸਟੋਰੀ ਟੈਲਰਸ ਕਦੀ ਉਹਨਾਂ ਨੂੰ ਰੇਜ਼ ਹੀ ਨਹੀਂ ਕੀਤਾ ਕਿ ਉਹ ਸਾਡੇ ਕਲਚਰ ਨੂੰ ਅੰਡਰਸਟੈਂਡ ਕਰਕੇ ਕਲਚਰਲੀ ਕਰੈਕਟ ਫਿਲਮ ਬਣਾਈਏ। ਟਰਸਟ ਮੀ, ਆਈ ਗੋ ਥਰੂ ਦ ਸੈਂਸਰ ਬੋਰਡ ਪ੍ਰੋਸੈਸ, ਆਈ ਗੋ ਥਰੂ ਦੈਟ ਟ੍ਰਾਇਲ, ਐਂਡ ਆਈ ਨੋ ਕਿ ਸੈਂਸਰ ਦੇ ਵਿੱਚ ਕਿੰਨੇ ਕੱਟਸ ਵੱਜਦੇ ਨੇ, ਤੁਹਾਡੀ ਸਟੋਰੀ ਸ਼ਾਇਦ ਨੈਚੁਰਲ ਸਟੇ ਵੀ ਨਹੀਂ ਕਰੇ। ਅਤੇ ਇਸ ਤੋਂ ਪਹਿਲੇ ਕਿ ਕੋਈ ਫਿਲਮ ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖੇ, ਅਸੀਂ ਚਾਹੁੰਦੇ ਹਾਂ ਕਿ ਅਸੀਂ ਸਟਾਰਟਿੰਗ ਤੋਂ ਹੀ ਬੱਚਿਆਂ ਨੂੰ ਸਟੋਰੀ ਟੈਲਰਸ ਬਣਾਈਏ, ਭਾਵੇਂ ਅਸੀਂ ਮੈਡੀਸਿਨ ਪਰਸਿਊ ਕਰੀਏ, ਇੰਜੀਨੀਅਰਿੰਗ, ਕੁਛ ਵੀ। ਅੱਜ ਦੀ ਡੇਟ 'ਚ ਹਰ ਡਿਪਾਰਟਮੈਂਟ ਨੂੰ ਇੱਕ ਫਿਲਮ ਚਾਹੀਦੀ ਹੈ, ਹਰ ਜਰਨਲਿਜ਼ਮ ਦੇ ਵਿੱਚ ਰੈਪ੍ਰਜੈਂਟੇਸ਼ਨ, ਸਾਨੂੰ ਹਰ ਫੀਲਡ ਦੇ ਵਿੱਚ ਇਕੁਅਲ ਰੈਪ੍ਰਜੈਂਟੇਸ਼ਨ ਕਰਨੀ ਹੈ, ਤਾਂ ਅਸੀਂ ਕੈਲੰਡਰਸ ਦੇ ਵਿੱਚ ਵੀ ਲੈ ਕੇ ਆ ਰਹੇ ਨੇ ਆਰਟ ਫੋਰਮਸ, ਬੁੱਕਸ, ਫਿਲਮਾਂ। ਫਲੈਟਲੀ ਵੀ ਅਸੀਂ ਐਗਜੀਬਿਸ਼ਨ ਕਰ ਰਹੇ ਹਾਂ ਆਰਟੀਫੈਕਟਸ ਦੀ, ਹਿਸਟੋਰਿਕ 500 ਸਾਲ ਪੁਰਾਣਾ ਖਜ਼ਾਨਾ ਜਿਹੜਾ ਪੰਜਾਬ ਦੇ ਵਿੱਚ ਪਿਆ, ਉਹ ਮੈਨੂੰ ਨਹੀਂ ਪਤਾ ਬੱਚਿਆਂ ਨੇ ਕਦੀ ਜਾ ਕੇ ਦੇਖਿਆ ਵੀ ਹੋਣਾ,
because these things don't come home. You have to travel to the festival to come and see it. What we need is your time. Money can come and go, but sade bachyan nu eh cheezan pata hi nahi lag rahi hai. We are not able to create inspiration in those, the generation. See, the generation present today at the press conference talks a lot about what kind of people are connecting with the festival. We want more youngsters to chip in because we'll have more filmmakers coming in that area.